ਸਸਸੀਕਾਲ ਦੋਸਤੋ ਸਵਾਗਤ ਕਰਦਾ ਹਾਂ ਜੀ ਸਾਰਨਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਪੀਵੀ ਗਿਆਨ ਵਿੱਚ ਸੋ ਦੋਸਤੋ ਹਾਜ਼ਰ ਹੋਇਆ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਸੋ ਜਿਹਦੀ ਜੀ ਗੱਲ ਕਰਾਂਗੇ ਜੀ ਆਪਾਂ ਜਲੰਧਰ ਭਰਤੀ ਬਾਰੇ ਸੋ ਦੋਸਤੋ ਕਾਫੀ ਵੀਰਾਂ ਦੇ ਜਿਹੜਾ ਕਿ ਕਮੈਂਟ ਆ ਰਹੇ ਸੀ ਕਿ ਜਿਵੇਂ ਕਿ ਤੁਸੀਂ ਸਮਨਲ ਦੇ ਵਿੱਚ ਦੇਖ ਹੀ ਲਿਆ ਹੋਣਾ ਹੈ ਕਿ ਜਲੰਧਰ ਭਰਤੀ ਜਿਹੜੀ ਕਿ ਡੇਟ ਬਦਲੀ ਸੋ ਦੋਸਤੋ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਕਿਉਂਕਿ ਦੋਸਤੋ ਕਾਫੀ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਜਿਹੜੀ ਜਲੰਧਰ ਭਰਤੀ ਆ ਉਹ ਦੋਸਤੋ ਕਈ ਵੀਰ ਕਹਿ ਰਹੇ ਸੀ ਕਿ ਉਹਦੀ ਜਿਹੜੀ ਕਿ ਡੇਟ ਉਹ ਬਦਲ ਚੁੱਕੀ ਆ ਤੇ ਕੁਝ ਕਹਿ ਰਹੇ ਸੀ ਕਿ ਜਲੰਧਰ ਭਰਤੀ ਜਿਹੜਾ 1 ਫਰਵਰੀ ਦੇ ਵਿੱਚ ਹੋ ਚੁੱਕੀ ਆ ਸੋ ਦੋਸਤੋ ਇਹਦੇ ਬਾਰੇ ਆਪਾਂ ਸਾਰੇ ਡਾਊਟ ਕਲੀਅਰ ਕਰਾਂਗੇ ਤੇ ਨਾਲ ਹੀ ਇਹ ਵੀ ਗੱਲ ਕਰਾਂਗੇ ਕਿ ਲੁਧਿਆਣਾ ਭਰਤੀ ਚੱਲ ਰਹੀ ਆ ਉਹਦੇ ਵਿੱਚ ਕਿੰਨੇ ਗਰੁੱਪ ਜਾਨੀ ਕਿ ਮੁੰਡੇ ਭਜਾਈ ਜਾਂਦੇ ਨੇ ਤੇ ਟਾਈਮਿੰਗ ਕੀ ਮਿਲ ਰਹੀ ਆ ਇਹਦੇ ਬਾਰੇ ਵੀ ਗੱਲ ਕਰਾਂਗੇ ਸੋ ਇਹਦੇ ਆਧਾਰ ਤੇ ਜਿਹੜਾ ਕਿ ਜਲੰਧਰ ਭਰਤੀ ਦੇ ਜਿਹੜਾ ਕਿ ਗਰੁੱਪ ਬਣਨਗੇ ਤੇ ਟਾਈਮ ਦਿੱਤਾ ਜਾਵੇਗਾ ਸੋ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਚਲੋ ਦੋਸਤੋ ਵੀਡੀਓ ਨੂੰ ਸਟਾਰਟ ਕਰਦੇ ਆਂ ਜੀ ਸੋ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੀਰ ਜਿਹੜਾ ਕਿ ਕਾਫੀ ਕਮੈਂਟ ਕਰ ਰਹੇ ਨੇ ਕਿ ਜਿਹੜਾ ਕਿ ਜਲੰਧਰ ਭਰਤੀ ਆ ਉਹ ਜਿਹੜਾ ਕਿ ਬਦਲ ਗਈ ਡੇਟ ਉਹਦੀ ਬਦਲ ਚੁੱਕੀ ਆ ਤੇ ਜਿਹੜਾ ਕਿ ਫਰਵਰੀ ਦੇ ਵਿੱਚ ਜਿਹੜਾ ਕਿ ਆਵੇਗੀ ਸੋ ਦੋਸਤੋ ਇਹ ਜਿਹੜੀ ਕਿ ਨਿਊਜ਼ ਜਿਹੜਾ ਕਿ ਕੋਈ ਵੀ ਕਨਫਰਮ ਨਹੀਂ ਹੋਈ ਕਿਉਂਕਿ ਜਿਹੜਾ ਕਿ ਹਜੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿ ਜਿਹੜਾ ਕਿ ਜਿਹੜਾ ਭਰਤੀ ਗਾੜੀ ਕੀਤੀ ਜਾਵੇ ਕਿਉਂਕਿ ਦੋਸਤੋ ਕਈ ਵੀਰ ਜਿਵੇਂ ਕਹਿ ਰਹੇ ਆ ਕਿ ਫਰਵਰੀ ਦੇ ਵਿੱਚ ਭਰਤੀ ਕੀਤੀ ਜਾਵੇਗੀ ਕਿਉਂਕਿ ਦੋਸਤੋ ਜਿਹੜੀ ਕਿ ਫਰਵਰੀ ਦੇ ਵਿੱਚ ਪਟਿਆਲਾ ਦੀ ਭਰਤੀ ਆ ਤੇ ਸੋ ਭਰਤੀਆਂ ਜਿਹੜਾ ਕਿ ਚਾਲੂ ਹੋ ਚੁੱਕੀਆਂ ਨੇ ਜਿਹੜੀ ਜਲੰਧਰ ਦੀ ਭਰਤੀ ਆ ਉਹ ਜਨਵਰੀ ਦੇ ਵਿੱਚ ਹੀ ਹੋਵੇਗੀ ਜਿਵੇਂ ਕਿ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ 4 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਕਿ ਜਲੰਧਰ ਦੀ ਭਰਤੀ ਹੋਵੇਗੀ ਤੇ ਫਰਵਰੀ ਦੇ ਵਿੱਚ ਨਹੀਂ ਹੋਵੇਗੀ ਸੋ ਇਹ ਭਰਤੀਆਂ ਨਹੀਂ ਬਦਲੇਗੀ ਕਿਉਂਕਿ ਫਰਵਰੀ ਦੇ ਵਿੱਚ ਪਟਿਆਲਾ ਦੀ ਭਰਤੀ ਆ ਤੇ April ਦੇ ਵਿੱਚ ਜਿਹੜਾ ਕਿ ਫਿਰੋਜ਼ਪੁਰ ਦੀ ਭਰਤੀ ਆ ਸੋ ਦੋਸਤੋ ਇਸੇ ਤਰ੍ਹਾਂ ਜੇਕਰ ਖਾਸਾ ਦੀ ਗੱਲ ਕਰੀਏ ਤੇ ਖਾਸਾ ਦੀ ਮੈਦੇ ਵਿੱਚ ਭਰਤੀ ਆਵੇਗੀ ਤੇ ਦੋਸਤੋ ਇੱਥੇ ਨਾਲੇ ਆਪਾਂ ਲੁਧਿਆਣਾ ਭਰਤੀ ਦੇ ਵੀ ਕਲੀਅਰ ਕਰ ਦਾਂਗੇ ਦੋਸਤੋ ਪਹਿਲਾਂ ਤੇ ਲੁਧਿਆਣਾ ਭਰਤੀ ਦੇ ਵਿੱਚ ਜਿਹੜਾ ਕਿ 50 ਮੁੰਡਿਆਂ ਦਾ ਗਰੁੱਪ ਜਿਹੜਾ ਕਿ ਭਜਾਇਆ ਜਾਂਦਾ ਸੀ ਹਰਨਿੰਗ ਲਈ ਤੇ ਟਾਈਮ ਜਿਹੜਾ ਹੈ ਕਿ 5:45 ਦਾ ਦੇ ਰਹੇ ਨੇ ਤੇ ਹੁਣ ਦੋਸਤੋ ਜਿਹੜਾ ਹੈ ਕਿ ਮੁੰਡਿਆਂ ਦਾ ਗਰੁੱਪ ਜਿਹੜਾ ਉਹਨਾਂ ਨੇ 50 ਤੋਂ ਵਧਾ ਕੇ 75 ਮੁੰਡਿਆਂ ਦਾ ਗਰੁੱਪ ਕਰ ਦਿੱਤਾ ਹੈ ਤੇ ਟਾਈਮ ਜਿਹੜਾ ਹੈ ਕਿ 5:45 ਦਾ ਦੇ ਰਹੇ ਨੇ 5:45 5:40 ਦਾ ਟਾਈਮ ਜਿਹੜਾ ਹੈ ਕਿ ਮਿਲ ਰਿਹਾ ਵਾ ਸੋ ਦੋਸਤ ਅੰਗੇ ਤ੍ਰਮੁੰਟਿਆ ਦਾ ਗਰੁੱਪ ਕੀਤਾ ਜਾਊਗਾ ਜਿਹੜਾ ਟਾਈਮ ਆ 5:40 ਤੋਂ 5:45 ਦਾ ਜਿਹੜਾ ਹੈ ਕਿ ਪੂਰਾ ਮਿਲੇਗਾ ਤੇ ਜਿਹੜਾ ਕਿ ਲੁਧਿਆਣਾ ਦੇ ਵਿੱਚ ਦੋਸਤੋ ਜਿਵੇਂ ਕਿ ਸਕਰੀਨ ਲੱਗੀ ਹੋਈ ਆ ਵਾਚ ਟਾਈਮ ਵਾਲੀ ਤੇ ਉਥੇ ਜਿਹੜਾ ਕਿ ਟਾਈਮ ਹੀ ਨਾਲ-ਨਾਲ ਜਿਹੜਾ ਹੈ ਕਿ ਦਿਖ ਰਿਹਾ ਏ ਸੋ ਹੋ ਸਕਦਾ ਦੋਸਤੋ ਜਲੰਧਰ ਦੇ ਵਿੱਚ ਵੀ ਐਮ ਦੀ ਜਿਹੜੀ ਕਿ ਫੈਸਿਲਿਟੀ ਅਵੇਲੇਬਲ ਹੋਵੇ ਤੇ ਸੋ ਦੋਸਤੋ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਭਰਤੀ ਜਿਹੜਾ ਹੈ ਕਿ ਸ਼ਾਇਦ ਜਲੰਧਰ ਟੈਂਟ ਦੇ ਵਿੱਚ ਨਾ ਹੋਵੇ ਦੋਸਤੋ ਇਹ ਜਿਹੜੀ ਭਰਤੀ ਸ਼ਾਇਦ ਨਵਾਂ ਸ਼ਹਿਰ ਹੋਵੇ ਚਾਹ ਹੋਂ ਦੇ ਸੰਭਾਵਨਾ ਹੈ ਕਿਉਂਕਿ ਇਹਦੇ ਸੋਇ ਸੁਚਨਾ ਮਿਲ ਰਹੀ ਹੈ ਕਿ ਜਿਹੜੀ ਕਿ ਜਲੰਧਰ ਭਰਤੀ ਆ ਉਹ ਜਲੰਧਰ ਕੈਂਟ ਵਿੱਚ ਨਹੀਂ ਬਲਕਿ ਨਵਾਂ ਸ਼ਹਿਰ ਦੇ ਕਿਸੇ ਜਿਹੜੀ ਗਰਾਊਂਡ ਜਾਂ ਸਟੇਡੀਅਮ ਦੇ ਵਿੱਚ ਕੀਤੀ ਜਾਵੇਗੀ ਸੋ ਦੋਸਤੋ ਇਹ ਅਜੇ ਪੂਰਾ ਕਨਫਰਮ ਨਹੀਂ ਆ 50 50 ਪਰਸੈਂਟ ਚਾਂਸਸ ਹੈਗੇ ਨੇ ਹੋ ਸਕਦਾ ਭਰਤੀ ਜਲੰਧਰ ਹੀ ਹੋਵੇ ਤੇ ਜਾਂ ਫਿਰ ਹੋ ਸਕਦੇ ਨਵਾਂ ਸ਼ਹਿਰ ਹੋਵੇ ਸੋ ਦੋਸਤੋ ਇਹ ਭਰਤੀ ਦਾ ਵੀਨਿਊ ਆ ਇਹ ਤੁਹਾਨੂੰ ਜਿਹੜਾ ਕਿ ਤੁਹਾਡੇ ਐਡਮਿਟ ਕਾਰਡ ਤੋਂ ਹੀ ਪਤਾ ਲੱਗੇਗਾ ਕਿ ਤੁਹਾਡੀ ਭਰਤੀ ਕਿੱਥੇ ਹੁੰਦੀ ਹੈ ਸੋ ਦੋਸਤੋ ਮਨ ਲੱਗਦਾ ਹੈ ਕਿ ਆਪਾਂ ਜਲੰਧਰ ਭਰਤੀ ਜਿਹੜਾ ਕਿ ਸਾਰੇ ਡਾਊਟ ਕਲੀਅਰ ਕਰ ਲਏ ਆ ਤੇ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਦਿੱਤੀ ਹੈ ਜੀ ਜਲੰਧਰ ਪ੍ਰਤੀ ਜਿਹੜਾ ਹੈ ਕਿ ਉਹਦੀ ਡੇਟ ਬਦਲੀ ਨਹੀਂ ਹੋਵੇਗੀ ਜਨਵਰੀ ਦੇ ਵਿੱਚ ਹੀ ਜਿਹੜਾ ਕਿ ਜਲੰਧਰ ਪ੍ਰਤੀ ਹੋਵੇਗੀ ਕਿਉਂਕਿ ਇਦਾਂ ਨਹੀਂ ਹਜੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਮਿਲੀ ਤੇ ਦੋਸਤੋ 75 ਮੁੰਡਿਆਂ ਦਾ ਗਰੁੱਪ ਪੀੜਾ ਕੇ ਭਜਾਇਆ ਜਾ ਰਿਹਾ ਹੈ ਟਾਈਮਿੰਗ 5:40 45 ਦਿੱਤੀ ਜਾ ਰਹੀ ਆ ਤੇ ਬਾਕੀ ਜਿਵੇਂ ਕੋਈ ਨੋਟੀਫਿਕੇਸ਼ਨ ਮਿਲੂਗੀ ਆਪਾਂ ਤੁਹਾਨੂੰ ਜਰੂਰ ਜਾਣੂ ਕਰਵਾਵਾਂਗੇ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਣਾ ਜਰੂਰ ਦਬਾਓ ਤਾਂ ਤੁਹਾਨੂੰ ਸਾਡੇ ਹਰ ਮੰਨੀ ਅਗਲੀ ਵੀਡੀਓ ਦੀ